ਹਰ ਤਰੀਕੇ ਨਾਲ ਪ੍ਰਸ਼ਾਸਨ ਜਿਹੜਾ ਕਿ ਨਹੀਂ ਉਹ ਸਾਈ ਭਾਰੀ ਚ ਭਾਈਚਾਰੇ ਦੇ ਨਾਲ ਆ, ਬਿਲਕੁਲ ਉਹਨਾਂ ਨੂੰ ਪਰਚਾ ਦਰਜ ਹੋ ਗਿਆ ਤੇ ਜੋ ਬਣਦੀ ਸਜ਼ਾ ਉਹਨਾਂ ਨੂੰ ਬਿਲਕੁਲ ਦੇਵਾਂਗੇ। ਅਸੀਂ ਪਿੰਡ ਦੀ ਪੰਚਾਇਤ ਵੱਲੋਂ ਵੀ ਇਸ ਕਾਰਜ ਦੀ ਬਹੁਤ ਨਿੰਦਾ ਕਰਦੇ ਹਾਂ। ਇਹਨੇ ਬਹੁਤ ਵੱਡਾ ਮਤਲਬ ਸਾਡੇ ਜਿਹੜੇ ਸਾਰੇ ਸਮਾਜ ਦੇ ਨਾਲ ਜਿਹੜੇ ਹਰ ਇੱਕ ਇਨਸਾਨ ਆ ਜਿਹੜਾ ਜਾਂ ਕੋਈ ਸਿੱਖ ਆ ਜਾਂ ਇਸਾਈ ਆ ਜਾਂ ਹਿੰਦੂ ਆ ਉਹਨਾਂ ਦੇ ਨਾਲ ਉਹਨਾਂ ਦੇ ਦਿਲਾਂ ਨੂੰ ਮਲੁੰਦਰੇ ਆਏ ਨੇ। ਇਹ ਅਸੀਂ ਆਪਣੇ ਵੱਲੋਂ ਤੇ ਪੰਚਾਇਤ ਵੱਲੋਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਜਿੱਥੇ ਵੀ ਸਾਨੂੰ ਜਾਣ ਦੀ ਲੋੜ ਪਊਗੀ ਅਸੀਂ ਤੁਹਾਡੇ ਨਾਲ ਮਸੀਹ ਭਾਈਚਾਰੇ ਦੇ ਨਾਲ ਕਰੀਏ। ਪਿੰਡ ਕਲੇਰ ਦੇ ਵਿੱਚ ਜਿਹੜੀ ਮਸਲਾ ਇਹ ਚੱਲਿਆ ਇਹ ਥੋੜਾ ਜਿਹਾ ਸ਼ਾਇਦ ਤੁਹਾਨੂੰ ਭਾਜੀ ਰਕੇਸ਼ ਵਿਲੀਅਮ ਜੀ ਬੋਲ ਕੇ ਗਏ ਨੇ, ਹੈ ਕੀ ਇਹ ਤੁਹਾਨੂੰ ਦੱਸਾਂਗੇ ਕਿ ਪਿੰਡ ਕਲੋਨੀਆਂ ਦੇ ਵਿੱਚ ਬਾਈਬਲ ਨੂੰ ਇੱਕ ਗੰਦੇ ਇਨਸਾਨ ਨੇ ਇਹੋ ਜਿਹੇ ਬੰਦੇ ਦਾ ਤੁਸੀਂ ਕੋਈ ਧਰਮ ਹੀ ਨਹੀਂ ਕਹਿੰਦੇ, ਕਿਉਂਕਿ ਅੱਜ ਸਾਡੇ ਨਾਲ ਹਰ ਧਰਮ ਦੁੱਖ ਵੰਡਾਉਣ ਇਸ ਜਗ੍ਹਾ ਤੇ ਪਹੁੰਚਿਆ ਵਾ। ਉਹ ਬੰਦੇ ਨੇ ਬਾਈਬਲਾਂ ਸਾੜੀਆਂ ਨੇ, ਮੈਂ ਚਾਹਾਂਗਾ ਕਿ ਤੁਸੀਂ ਬਾਈਬਲਾਂ ਵੀ ਜਿਹੜੀਆਂ ਇਹ ਵਿਖਾਈਆਂ ਜਾਣ। 5 ਘੰਟੇ ਦਾ ਅਲਟੀਮੇਟਮ ਪੁਲਿਸ ਨੂੰ ਆਪਾਂ ਦਿੰਦੇ ਹਾਂ, ਜੇ 5 ਘੰਟੇ ਤੱਕ ਬੰਦੇ ਇਹ ਬਾਈਬਲਾਂ ਨੇ ਅਗਰ 5 ਘੰਟੇ ਤੱਕ ਬੰਦੇ ਅਰੈਸਟ ਨਾ ਹੋਏ ਤੇ 5 ਵਜੇ ਤੋਂ ਬਾਅਦ ਜੋ ਸਥਿਤੀ ਡਿਸਟ੍ਰਿਕਟ ਗੁਰਦਾਸਪੁਰ ਤੋਂ ਪੰਜਾਬ ਚ ਹੋਵੇਗੀ ਉਹਦਾ ਜ਼ਿਆ ਜਿਹੜਾ ਵਾ ਉਹ ਪ੍ਰਸ਼ਾਸਨ ਖੁਦ ਆਪ ਹੋਵੇਗਾ, ਕਿਉਂਕਿ ਹਰ ਵਾਰ ਮਸੀਹ ਭਾਈਚਾਰੇ ਦੇ ਨਾਲ ਏਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਔਰ ਬਾਅਦ ਚੋਂ ਲੇਬਾ ਚੁੱਪੀ ਹੁੰਦੀ ਹੈ, ਪਰ ਇਸ ਵਾਰ ਕੋਈ ਏਦਾਂ ਦਾ ਕੰਮ ਨਹੀਂ ਹੋਵੇਗਾ। ਜੇ 5 ਘੰਟੇ ਦਾ ਅਲਟੀਮੇਟਮ ਹੈ ਪੁਲਿਸ ਨੂੰ, ਸਾਰਾ ਸਾਡਾ ਮੀਡੀਆ ਵੀ ਇਸ ਜਗ੍ਹਾ ਤੇ ਆ, ਅਸੀਂ ਚਾਹਾਂਗੇ ਕਿ ਮੀਡੀਆ ਵੀ ਇਹ ਗੱਲ ਨੂੰ ਜ਼ਰੂਰ ਪ੍ਰਸ਼ਾਸਨ ਦੇ ਉੱਤੇ ਦਬਾਅ ਬਣਾਵੇ। SHO ਸਾਹਿਬ ਇਸ ਜਗ੍ਹਾ ਤੇ ਨੇ, ਉਹਨਾਂ ਨੇ ਵੀ ਵੈਸੇ ਸਾਨੂੰ ਆਸ਼ਵਾਸਨ ਵਿਸ਼ਵਾਸ ਦਿੱਤਾ ਵਾ ਕਿ 5 ਘੰਟਿਆਂ ਦੇ ਵਿੱਚ ਜਿਹੜੇ ਮੁਲਜ਼ਮ ਨੇ ਇਹ ਗ੍ਰਿਫਤਾਰ ਕੀਤੇ ਜਾਣਗੇ, ਪਰ ਅਗਰ ਇਹ ਗ੍ਰਿਫਤਾਰ ਨਾ ਹੋਏ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਵਿਰੋਧ ਕਰਾਂਗੇ। ਸਾਡੇ ਪਵਿੱਤਰ ਸ਼ਾਸਤਰ ਦੀ ਬੇਅਦਬੀ ਕੀਤੀ ਗਈ ਹੈ, ਇਹ ਵੇਖ ਸਕਦੇ ਨੇ ਕਿ ਪੂਰੀ ਤਰ੍ਹਾਂ ਅੱਗ ਲਗਾ ਦਿੱਤੀ ਗਈ ਹੈ ਬਾਈਕਾਂ ਨੂੰ ਬਿਲਕੁਲ। ਬਾਈਬਲ ਨੂੰ ਬਿਲਕੁਲ ਆ ਦੇਖੋ ਜੀ ਤੁਸੀਂ, ਅੱਗ ਲਗਾ ਦਿੱਤੀ ਗਈ ਹੈ ਸਾਡੇ ਪਵਿੱਤਰ ਸ਼ਾਸਤਰ ਨੂੰ। ਕਿੰਨੀ ਸ਼ਰਮ ਦੀ ਗੱਲ ਆ ਇਹੋ ਜਿਹੇ ਘਨੋਏ ਇਨਸਾਨ ਦੇ ਲਈ, ਔਰ ਅਸੀਂ ਬਿਲਕੁਲ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ। ਜਲਦ ਤੋਂ ਜਲਦ ਸਾਨੂੰ ਇਹ ਬੰਦੇ ਜਿਹੜੇ ਨੇ ਗ੍ਰਿਫਤਾਰ ਚਾਹੀਦੇ ਨੇ, ਔਰ ਪੁਲਿਸ ਨੂੰ ਪ੍ਰਸ਼ਾਸਨ ਨੂੰ ਅਸੀਂ ਪੂਰਾ ਇਹ ਅਲਟੀਮੇਟਮ ਦਿੰਦੇ ਹਾਂ ਸਿਰਫ ਕੇਵਲ 5 ਘੰਟੇ ਦਾ। 5 ਘੰਟੇ ਤੱਕ ਇੱਥੋਂ ਅਸੀਂ ਕੋਈ ਵੀ ਚੀਜ਼ ਹਲੂਣੀ ਨਹੀਂ ਹੈ, ਇਹ ਏਦਾਂ ਦੀ ਏਦਾਂ ਹੀ ਰਹੇਗਾ। ਅਗਰ ਨਾ ਬੰਦੇ ਗ੍ਰਿਫਤਾਰ ਹੋਏ ਤੇ ਇਹੋ ਹੀ ਆਪਾਂ ਬੜੀ ਇੱਜ਼ਤ ਮਾਨ ਨਾਲ ਚੱਕ ਕੇ ਰੋਡ ਦੇ ਉੱਤੇ ਲੈ ਜਾਣਾ ਵਾ, ਔਰ ਲੋਕਾਂ ਨੂੰ ਪਤਾ ਲੱਗੇ ਘਨੋਣਿਆਂ ਕੰਮਾਂ ਦਾ, ਔਰ ਇਹੋ ਜਿਹੇ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਜਿਹੜੀ ਆ ਸਜ਼ਾ ਜਿਹੜੀ ਦਿੱਤੀ ਜਾਵੇ, ਅਸੀਂ ਉਹਦੀ ਕਾਰਵਾਈ ਦੀ ਮੰਗ ਕਰਦੇ ਹਾਂ। ਅੱਗੇ ਇਸ ਤੋਂ ਬਾਅਦ ਜਿੱਥੇ ਪਾਤਸ਼ਾਹ ਸਾਹਿਬ ਦੇ ਰਹਿਣ ਵਾਲੀ ਜਗ੍ਹਾ ਪੇਟੀਆਂ ਦੇ ਵਿੱਚ ਪਏ ਉਹਨਾਂ ਦੇ ਕੱਪੜੇ, ਇੱਕ ਲੈਪਟਾਪ, ਬੱਚਿਆਂ ਦੇ ਲੀੜਾ ਕੱਪੜਾ, ਔਰ ਜੋ ਚਰਚ ਦਾ ਦਾਨ ਚੰਦਾ ਇਕੱਠਾ ਹੁੰਦਾ ਸੀ ਉਹ ਇੱਕ ਜਗ੍ਹਾ ਇਕੱਠਾ ਕਰਕੇ ਰੱਖਿਆ ਹੋਇਆ ਸੀ, ਜਿਹੜਾ ਆਦਮੀ ਉਹ ਵੀ ਚੁੱਕ ਕੇ ਲੈ ਗਿਆ। ਸੋ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ, ਇਹਨਾਂ ਦੇ ਸਾਰਾ ਲੀੜਾ ਮਾਰ ਦਿੱਤਾ ਗਿਆ। ਉਸ ਤੋਂ ਬਾਅਦ ਸਭ ਲੈਪਟਾਪ ਇਹਦੇ ਵਿੱਚ ਆ ਜੋ ਅਜੇ ਵੀ ਧੂੰਆਂ ਨਿਕਲਦਾ ਪਿਆ ਹੈ, ਇਹਦੇ ਵਿੱਚ ਲੀੜਾ ਕੱਪੜਾ ਸੀ, ਇੱਕ ਲੈਪਟਾਪ ਸੀ ਵਿੱਚ। ਹਾਂਜੀ ਸ਼ਾਇਦ ਲੈਪਟਾਪ ਇਹਦੇ ਨਾਲ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਦੀ ਭਾਲ ਕੀਤੀ ਜਾਵੇ, ਸਾਨੂੰ ਮਜਬੂਰ ਨਾ ਹੋਣਾ ਪਵੇ ਰੋਡਾਂ ਤੇ ਉਤਰਨ ਲਈ। ਔਰ ਪੂਰੇ ਪੰਜਾਬ ਦੇ ਲੋਕ ਇਹ ਨਹੀਂ ਚਾਹੁੰਦੇ ਕਿ ਅਸੀਂ ਲੋਕਾਂ ਨੂੰ ਪਰੇਸ਼ਾਨ ਕਰੀਏ, ਅਗਰ ਅਸੀਂ ਰੋਡ ਤੇ ਆਏ ਤੇ ਆਮ ਪਬਲਿਕ ਪਰੇਸ਼ਾਨ ਹੋਵੇਗੀ। ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਦੀ ਭਾਲ ਕੀਤੀ ਜਾਵੇ। ਧੰਨਵਾਦ। ਕੋਈ ਨੀ ਕੋਈ ਨੀ ਕੋਈ ਨੀ।
ਅਗਨੀ ਭੇਟ ਕੀਤਾ ਗਿਆ। ਹਾਂਜੀ ਬੋਲੀਏ।